ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਆਸ਼ਾ ਵਰਕਰ ਦੇ ਫੈਸੀਲੇਟਰ ਯੂਨੀਅਨ ਪੰਜਾਬ ਦੇ ਸੱਦੇ ਤੇ ਸੈਂਕੜੇ ਆਸ਼ਾ ਵਰਕਰਾਂ ਟਾਊਨ ਹਾਲ ਪਾਰਕ ਫਗਵਾੜਾ ਵਿਖੇ ਪੂਰੇ ਪੰਜਾਬ ਤੋਂ ਇਕੱਠੀਆਂ ਹੋਈਆਂ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਰਜੀਤ ਕੌਰ ਕਮਿਆਣਾ, ਵਿੱਤ ਸਕੱਤਰ ਸ਼ਕੁੰਤਲਾ ਦੇਵੀ, ਜਨਰਲ ਸਕੱਤਰ ਪਰਮਜੀਤ ਕੌਰ ਮਾਨ, ਪੁਸ਼ਪਿੰਦਰ ਕੌਰ ਆਦਿ ਨੇ ਦੱਸਿਆ ਹੈ ਕਿ ਆਸ਼ਾ ਵਰਕਰ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਗਈਆਂ ਹਨ ਅਤੇ ਉਹਨਾਂ ਦੀ ਕਿਧਰੇ ਵੀ ਸੁਣਵਾਈ ਨਹੀਂ, ਜਿਸ ਕਾਰਨ ਅੱਜ ਫਗਵਾੜਾ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਜਾਇਜ਼ ਮੰਗਾਂ, ਆਸ਼ਾ ਵਰਕਰਾਂ ਨੂੰ ਘੱਟੋ ਘੱਟ 18,000 ਰੁਪਏ ਮਹੀਨਾ ਤਨਖਾਹ ਅਤੇ ਵਰਕਰਾਂ ਨੂੰ ਵਿਭਾਗ ਅੰਦਰ ਪੱਕਾ ਕੀਤੇ ਜਾਣ ਅਜਿਹੀਆਂ ਹੋਰ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਹਨਾਂ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਆਖਿਆ ਹੈ ਕਿ ਜੇਕਰ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਅਤੇ ਸੂਬਾ ਕਮੇਟੀ ਮੀਟ ਪ੍ਰਧਾਨ ਅਤੇ ਮੈਂ ਸਾਡੀ ਅੱਜ ਅਸੀਂ ਇੱਥੇ ਆਪਣੀ ਜਿਹੜੀ ਰੈਲੀ ਆ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਦੇਣ ਲਈ ਰੱਖੀ ਹੋਈ ਸੀ, ਜਿਹਦੇ ਵਿੱਚ ਅਸੀਂ ਜਿਹੜਾ ਇਹ ਮੰਗ ਪੱਤਰ ਆ ਆਪਣਾ ਆਪਣੀਆਂ ਮੰਗਾਂ ਹੱਕੀ ਮੰਗਾਂ ਪ੍ਰਤੀ ਸੈਂਟਰ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਉਹ ਜਿਹੜਾ ਸਾਡਾ ਮੰਗ ਪੱਤਰ ਅਸੀਂ ਇਹਨਾਂ ਨੂੰ ਦਿੱਤਾ ਆ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਅੱਜ ਸਾਡੀਆਂ ਵਰਕਰਾਂ ਇੱਥੇ ਇਕੱਠੀਆਂ ਹੋਈਆਂ ਆ, ਜਿਹੜੀਆਂ ਸਾਡੀਆਂ ਬਿਲਕੁਲ ਜੈਨੂਅਨ ਮੰਗਾਂ ਆ, ਸਾਡੀਆਂ ਕੁੜੀਆਂ 24 ਘੰਟੇ ਡਿਊਟੀ ਕਰਦੀਆਂ ਆ ਔਰ ਇਹਨਾਂ ਦਾ ਕਿਸੇ ਵੀ ਪੱਖ ਤੋਂ ਇਹਨਾਂ ਦਾ ਜਿਹੜਾ ਆ ਸ਼ੋਸ਼ਣ ਨਹੀਂ ਬੰਦ ਹੋ ਰਿਹਾ ਔਰ ਇਹ ਲੋਕਾਂ ਨੂੰ ਸਹੂਲਤਾਂ ਦੇ ਰਹੀਆਂ ਆ, ਪਰ ਇਹਨਾਂ ਨੂੰ ਆਪ ਕੋਈ ਸਹੂਲਤ ਜਿਹੜੀ ਆ ਪੰਜਾਬ ਸਰਕਾਰ ਨਾ ਦੇ ਰਹੀ ਆ ਨਾ ਸੈਂਟਰ ਸਰਕਾਰ ਦੇ ਰਹੀ ਆ। ਅਸੀਂ ਇਸ ਕਰਕੇ ਸਾਡੀਆਂ ਜਿਹੜੀਆਂ ਵਰਕਰਾਂ ਆ ਇੰਨੇ ਰੋਹ ਦੇ ਵਿੱਚ ਆ ਕਿ ਜਿਹੜੀਆਂ ਇਹ ਸਰਕਾਰਾਂ ਆ ਸੁੱਤੀਆਂ ਪਈਆਂ, ਇਹ ਜਾਗ ਨਹੀਂ ਰਹੀਆਂ, ਇਹ ਅਸੀਂ ਉਦੋਂ ਤੱਕ ਪਿੱਛੇ ਮੁੜ ਕੇ ਨਹੀਂ ਦੇਖਾਂਗੇ ਜਦੋਂ ਤੱਕ ਇਹਨਾਂ ਨੂੰ ਸੁੱਤਿਆਂ ਨੂੰ ਜਿਹੜੀ ਇਹਨਾਂ ਦੀ ਨੀਂਦ ਆ ਉਹ ਨਹੀਂ ਖਿਲਾਵਾਂਗੇ ਔਰ ਅਸੀਂ ਆਪਣੀ ਆਸ਼ਾ ਵਰਕਰਾਂ ਦੀਆਂ ਜਿਹੜੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਆ ਇਹ ਸਾਨੂੰ ਆਪਣੇ ਮਹਿਕਮੇ ਦੇ ਵਿੱਚ ਜੋ ਇਹਨੇ ਆਪਣੇ ਕੋਰਟਾਂ ਦੇ ਵਿੱਚ ਬਹਿ ਕੇ ਕਾਨੂੰਨ ਬਣਾਏ ਆ ਮਿਨੀਮਮ ਵੇਜ ਦੇ ਸਾਨੂੰ ਇਹ ਉਹ ਵੀ ਨਹੀਂ ਦੇ ਰਹੀਆਂ। ਬੜੀ ਸ਼ਰਮ ਦੀ ਗੱਲ ਆ, ਮੈਂ ਤਾਂ ਇਹੀ ਕਹੂੰਗੀ ਸਰਕਾਰਾਂ ਨੂੰ ਵੀ ਜਦੋਂ ਤੁਸੀਂ ਜਿਹੜੇ ਆਪ ਕੋਰਟ ਵਿੱਚ ਕਾਨੂੰਨ ਪਾਸ ਕੀਤੇ ਆ ਤੁਸੀਂ ਉਹ ਵੀ ਨਹੀਂ ਲਾਗੂ ਕਰ ਰਹੇ ਤੇ ਮੈਂ ਇੱਥੇ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਆ ਜਦੋਂ ਇਹ ਸਰਕਾਰ ਦੇ ਵਿੱਚ ਆਏ ਸੀ ਇਹ ਕਹਿੰਦੇ ਸੀ ਕਿ ਸਭ ਕਾ ਸਾਥ ਸਭ ਕਾ ਵਿਕਾਸ, ਉਹ ਮੈਂ ਪੁੱਛਣਾ ਚਾਹੁੰਦੀ ਆ ਵੀ ਉਹ ਕਿੱਥੇ ਹੋਇਆ ਵਿਕਾਸ, ਉਹ ਵਿਕਾਸ ਹੋਇਆ ਇਹਨਾਂ ਦਾ ਜਿਹੜੇ ਇਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਆ ਵਿਦੇਸ਼ਾਂ ਦੇ ਇਹਨਾਂ ਨੂੰ ਵਿਜੇ ਨਹੀਂ ਸੀ ਮਿਲਦੇ ਉਹ ਮੋਦੀ ਨੂੰ ਵਿਜੇ ਮਿਲ ਗਏ, ਸਾਡੀਆਂ ਆਸ਼ਾ ਵਰਕਰ ਪਹਿਲਾਂ ਰੋਡਾਂ ਤੇ ਸੀ ਹੁਣ ਵੀ ਰੋਡਾਂ ਤੇ ਆ, ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਦੀਆਂ ਜਾਇਜ਼ ਸਾਡੀਆਂ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਆ ਉਹਨਾਂ ਵੱਲ ਗੌਰ ਕਰਨ ਔਰ ਜੇ ਇਹ ਸਾਡੀਆਂ ਆਸ਼ਾ ਵਰਕਰ ਤੇ ਸਿਲੇਟਰਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰਦੇ ਤਾਂ ਜਿਹੜਾ ਸਾਡਾ ਸੰਘਰਸ਼ ਆ ਹਰ ਗਲੀ ਤੋਂ ਹਰ ਮਹੱਲੇ ਹਰ ਪਿੰਡ ਹਰ ਰੋਡ ਤੇ ਹਰ ਸ਼ਹਿਰ ਦੇ ਵਿੱਚ ਤੱਕ ਜਾਊਗਾ ਔਰ ਇਹਨਾਂ ਦੀਆਂ ਜਿਹੜੀਆਂ ਅਸੀਂ ਨੀਂਦਾਂ ਆ ਉਹ ਹਰਾਮ ਕਰਕੇ ਛੱਡਾਂਗੇ ਔਰ ਆਪਣੇ ਜਿਹੜੇ ਪੈਸੇ ਆ ਉਹ ਲੈ ਕੇ ਰਹਾਂਗੇ। ਇਸ ਮੌਕੇ ਵਰਕਰਾਂ ਵੱਲੋਂ ਮੰਗ ਪੱਤਰ ਲਏ ਜਾਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਆਸ਼ਾ ਵਰਕਰਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਹਨਾਂ ਵਰਕਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਆਸ਼ਾ ਵਰਕਰ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਸਾਰੇ ਆਸ਼ਾ ਵਰਕਰਸ ਨੇ ਇੱਥੇ ਮੀਟਿੰਗ ਕੀਤੀ ਔਰ ਮੈਂ ਧੰਨਵਾਦੀ ਹਾਂ ਕਿ ਇਹਨਾਂ ਨੇ ਬੜੇ ਪਿਆਰ ਦੇ ਨਾਲ ਬਜੇ ਡਿਸਿਪਲਿਨ ਦੇ ਵਿੱਚ ਰਹਿ ਕੇ ਇਹ ਮੈਮੋਰੈਂਡਮ ਮੈਨੂੰ ਦਿੱਤਾ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਸੰਬੰਧਿਤ ਮੰਤਰੀ ਨੂੰ ਇਹਦੀਆਂ ਮੰਗਾਂ ਪੇਸ਼ ਕਰਾਂਗਾ ਔਰ ਆਸ ਕਰਦਾ ਕਿ ਇੱਦਾਂ ਇਹ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਔਰ ਸਰਕਾਰ ਵੀ ਜਿਹੜੀਆਂ ਜਾਇਜ਼ ਮੰਗਾਂ ਉਹ 'ਤੇ ਵਿਚਾਰ ਕਰੇਗੀ। ਧੰਨਵਾਦ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।